ਉਧਰੋਂ ਭਾਂਡੇ ਮਾਂਜ ਕੇ ਜਾਂਦੀ ਹਾਂ, ਫਿਰ ਜੂਠੇ ਕਰਕੇ ਧਰ ਦਿੰਦੇ ਹਾਂ ਨਾਲ ਦੀ ਨਾਲ। ਸਾਰਾ ਦਿਨ ਭਾਂਡੇ ਹੀ ਹੱਥ 'ਚੋਂ ਨਿਕਲਦੇ ਹੈਗੇ ਮੇਰੇ ਤਾਂ, ਪਤਾ ਨਹੀਂ ਕੀ ਕੁਛ ਕਰਦੇ ਨੇ। ਕੁੜੀ ਦੁੱਧ ਨਹੀਂ ਰੱਖਿਆ ਘੁੱਟ, ਕੀ ਕਰਨਾ ਸੀ? ਕਿਉਂ ਮੇਰਾ ਨਹੀਂ ਜੀ ਕਰਦਾ ਪੀਣ ਨੂੰ ਦੁੱਧ? ਅੱਛਾ, ਦੁੱਧ ਪੀਣ ਨੂੰ ਜੀ ਕਰਦਾ, ਸਾਰਾ ਦਿਨ ਦੁੱਧ ਹੀ ਪੀ ਵੀ ਜਾਈਦਾ ਹੈ? ਕੁੜੀ ਦਵਾਈ ਖਾਂਦੀ ਹਾਂ ਮੈਂ, ਬਿਮਾਰ ਰਹਿੰਦੀ ਹਾਂ, ਤੂੰ ਇਹਨਾਂ ਦਾ ਦੇਖ ਲੈ। ਤੇ ਮੁੱਲ ਦਾ ਦੁੱਧ ਹੈ, ਪੀਤਾ ਕਿੱਥੇ ਜਾਂਦਾ ਮੁੱਲ ਦਾ ਦੁੱਧ? ਕਿਉਂ ਮੁੱਲ ਦਾ ਦੁੱਧ ਮੇਰਾ ਪੁੱਤ ਨਹੀਂ ਕਮਾਉਂਦਾ? ਤੇਰਾ ਪੁੱਤ ਕਮਾਉਂਦਾ ਹੈ ਨਾ ਟੱਬਰ ਪਾਲਣ ਨੂੰ, ਇਹ ਨਹੀਂ ਕਹਿੰਦਾ ਉਹ ਵੀ ਜਦੋਂ ਜੀ ਕਰੇ ਗਲਾਸ ਭਰ ਭਰ ਕੇ ਪੀ ਲਓ ਦੁੱਧ ਦੇ। ਹਾਂ ਨਾ, ਤੂੰ ਪੀ ਪੀ ਕੇ ਸਾਂਢ ਵਰਗੀ ਹੁੰਦੀ ਜਾਂਦੀ ਹੈ, ਮੇਰਾ ਨਹੀਂ ਜੀ ਕਰਦਾ ਪੀਣ ਨੂੰ, ਦੇਖ ਮੇਰੇ ਗੋਡੇ ਮੇਰੇ ਦੁਖਦੇ ਨੇ, ਫਿਰ ਕਿ ਮੇਰਾ ਨਹੀਂ ਹੈਗਾ? ਤੂੰ ਆਪਦੇ ਸੱਸ ਸਹੁਰੇ ਦਾ ਸਾਂਭ ਲਿਆ ਹੋਣਾ, ਮੈਂ ਆਪਦਿਆਂ ਦਾ ਸਾਂਭ ਲਿਆ, ਹੱਕ ਬਣਦਾ ਮੇਰਾ। ਅੱਛਾ, ਹਾਂ ਮੈਂ ਨਹੀਂ ਤੇ ਤੇਰੇ ਮੂੰਹ ਕਰਦੀ ਸੀ ਸੱਸ ਸਹੁਰੇ ਨਾਲ। ਹਾਂ ਤੂੰ ਕਰ ਰਹੀ ਹੈ? ਆਹੋ ਸੁਣ ਲਈ, ਬਥੇਰੀ ਸੋਭਾ ਸੁਣੀ ਹੈ ਮੈਂ ਤੇਰੀ। ਅੱਛਾ ਜੀ, ਕਿਹੜਾ ਕੰਜਰ ਕਹਿੰਦਾ, ਕਿਹੜਾ ਭੈਣ ਦਾ ਖਸਮ ਕਹਿੰਦਾ, ਕਿਹੜੀ ਕੰਜਰ ਕਹਿੰਦੀ ਕਹਾ? ਬਥੇਰੇ ਕਹਿੰਦੇ ਨੇ ਜਿਨ੍ਹਾਂ ਨਾਲ ਹੁਣ ਤੱਕ ਤੂੰ ਕੱਟੀ ਨਹੀਂ। ਅੱਛਾ ਜੀ, ਸ਼ਰੀਕੇ ਦੇ ਨਾਲ ਕਿਸੇ ਨਾਲ ਨਾ ਇਹੀ ਚੁਗਲੀਆਂ ਕਰਨ ਦਿੰਦੀਆਂ ਬਾਰੇ? ਸਾਰੀ ਉਮਰ ਸ਼ਰੀਕੇ ਦੇ ਨਾਲ ਲਾ ਕੇ ਨਹੀਂ ਖਾਧੀ, ਹੁਣ ਇੱਥੇ ਮੇਰੇ ਨਾਲ ਆਡਾ ਲਾਈ ਰੱਖ ਰਹੀ। ਅੱਛਾ ਜੀ, ਅੱਛਾ ਜੀ, ਨਾਲੇ ਹੋਰ ਦੁੱਧ ਤਾਂ ਹੈ ਨਹੀਂ ਜੇ ਪੀਣਾ ਤਾਂ ਆਪਦਾ ਲੈ ਆਇਆ ਕਰ ਪੈਨਸ਼ਨ ਚੋਂ। ਕਿਉਂ? ਆਹੋ ਮੈਂ ਕਹਿੰਦੀ ਹਾਂ ਮੁੰਡੇ ਨੂੰ ਕੋਈ ਨਾ ਲੈਣ ਦੇ, ਜੋ ਮਰਜ਼ੀ ਕਹਿ ਲੈ, ਜਰਾਹੀਆਂ ਕਰਦੀ ਆ ਇਹ, ਜੋ ਮਰਜ਼ੀ ਕਹਿ ਲੈ ਮੁੰਡੇ ਨੂੰ, ਮੈਂ ਤਾਂ 100 ਕੰਮ ਕਰਨਾ। ਮੈਂ ਮਰ ਜਾ ਜੀ, ਨਹੀਂ ਦੇਖ ਲੈ, ਨਹੀਂ ਕੀ ਲੋੜ ਆਇਆ ਪਿਆ, ਦੇਖ ਲੈ ਦੁੱਧ ਹੀ ਘੁਟਕਣੀ ਵੀ ਦੱਸ ਰਹੀ ਹਾਂ ਮੈਂ, ਮੇਰਾ ਪੁੱਤ ਕਮਾ ਕੇ ਹੈ, ਮੈਂ ਇੰਨਾ ਘਰ ਜੋੜ ਕੇ ਮੇਰੇ ਬੰਦੇ ਦੀ ਕਮਾਈ ਹੈ, ਮੈਨੂੰ ਹੀ ਨਹੀਂ ਅਧਿਕਾਰ ਹੈਗਾ। ਨਹੀਂ ਮੇਰੀ ਗੱਲ ਸੁਣ, ਨਾਲੇ ਇਹ ਦੁੱਧ ਪੀ ਕੇ ਤੈਨੂੰ ਕੀ ਸਾਰਾ ਹੈ, ਸਪਰੇਟਾ ਦੁੱਧ ਹੈ, ਕਿਹੜੇ ਇਹਦੇ ਨਾਲ ਤੇਰੇ ਚੱਕਰ ਉੱਤਰ ਜਾਣਗੇ? ਵੀ ਦਵਾਈ ਖਾਣੀ ਆ, ਦਵਾਈ ਮੈਂ ਦਵਾਈ ਨੇ ਦੱਸਿਆ, ਦੁੱਧ ਦੱਸਿਆ ਹੋਇਆ। ਤੂੰ ਕਹਿੰਦਾ ਦਿਮਾਗ ਖਾ ਲਿਆ ਮੇਰਾ, ਤੈਨੂੰ ਦੱਸਿਆ ਹੋਇਆ ਦੁੱਧ, ਨਾਲੇ ਹੋਰ ਇਹੋ ਜਿਹੇ ਡਾਕਟਰ ਨੇ ਜਿਹੜੇ ਤੈਨੂੰ ਐਵੇਂ ਦੁੱਧ ਦੱਸ ਦਿੰਦੇ ਨੇ। ਅੱਛਾ, ਲੜੀ ਜਾ ਘਰੇ ਜਾ ਕੇ ਨਾ, ਤੂੰ ਹੀ ਡਾਕਟਰ ਬਣ ਗਈ ਫਿਰ? ਮੈਂ ਤਾਂ ਤੇਰੇ ਵਾਂਗੂ ਪਖੰਡਬਾਜ਼ੀਆਂ ਕਰਦੀ ਨੀ, ਮੈਂ ਤੈਨੂੰ ਕਹਿੰਦਾ ਨਾ ਜੇ ਦੁੱਧ ਪੀਣਾ ਹੈ ਤਾਂ ਆਪਦਾ ਪੈਨਸ਼ਨ ਚੋਂ ਦੇ ਦਿਆ ਕਰ ਪੈਸੇ। ਕਿਉਂ ਕੀ ਗੱਲ ਹੈ, ਪੈਨਸ਼ਨ ਹੀ ਅੜਕਦੀ ਹੈ ਤੇਰੇ, ਜੇ ਨਾ ਲੱਗਦੇ ਫਿਰ ਕੀ ਕਰਦੀ ਤੂੰ? ਮੈਂ ਕਦੇ ਮੰਗੀ ਆ? ਆਹੋ ਤੂੰ ਕਸਰ ਨਹੀਂ ਛੱਡਦੀ। ਕਿੱਦਾਂ ਮੰਗੇ ਸੀ ਤੇਰੇ ਤੋਂ ਦੋ ਪੈਸੇ? ਪਿੱਛੇ ਪੁੱਛੇ ਮਾਂ ਨੇ, ਬੀਬੀ ਚਾਹ ਲਿਆਵਾ, ਬੀਬੀ ਦੁੱਧ ਲਿਆਵਾ, ਜਦ ਮੇਰੇ ਕੋਲ ਦੋ ਪੈਸੇ ਆ ਜਾਂਦੇ ਨੇ ਫਿਰ ਬੈਠੇ ਮਿੱਠਿਆਂ ਅੰਮਾ ਦਾ ਥੁੱਕਦੀ ਨਹੀਂ ਹਜੇ ਪੈਸੇ। ਪਰਾ ਹੋ ਜਾ, ਅੱਜ ਜਾਂਦੇ ਨੀ ਮੁਸਕ ਆਉਂਦੀ ਮੇਰੇ ਤੇ, ਮੁਸਕ ਆਉਂਦੀ ਤੈਨੂੰ, ਮੁਸਕ ਹੀ ਆਉਂਦੀ ਆ। ਹੋਰ ਦੇਖ ਤਾਂ ਵੱਡੀ ਹੂਰ ਪਰੀ ਆ ਗਈ ਲੈ, ਕਦੇ ਸਵੇਰੇ ਉੱਠ ਕੇ ਬੁਰਸ਼ ਨਹੀਂ ਕਰਨਾ, ਕਦੇ ਕੁਰਲੀ ਨਹੀਂ ਕਰਨੀ। ਹਾਂ ਦੇਖ ਤਾਂ ਲੈ 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 ਕਰ ਆਖੇ ਖੁਸ਼ਬੂ ਸੁੰਘਣੀ ਆ ਤੈਨੂੰ, ਦੀਦੇ ਤੂੰ ਪਹਿਲਾਂ ਬੁੜੀ ਚ ਮੁਸਕ ਮਾਰਦੇ, ਪਹਿਲਾਂ ਨੀ ਦੀਦੇ ਤੈਨੂੰ? ਮੈਨੂੰ ਨੀ ਪਤਾ ਸੀਗਾ, ਪਰ ਆਹੋ ਜਾ ਮੈਨੂੰ ਰੋਟੀ ਖਾ ਲੈਂਦੇ, ਚੁਲਸ ਲੈ ਸਾਂਢ ਵਰਗੀ ਤਾਂ ਹੋਈ ਪਈ ਹੈ।
ਮੇਰੇ ਮੁੰਡੇ ਨੂੰ ਉਸ ਕੇ ਰੋਟੀ ਦਿੰਦੀ ਉਹ ਪਤਾ ਨਹੀਂ ਨਾ ਉਹ ਲਿੱਸਾ ਹੁੰਦਾ ਜਾਂਦਾ ਵਾਰ ਵਾਰ ਨਾ ਮੈਨੂੰ ਆਹ ਤਾਨੇ ਜਿਹਾ ਮਾਰ ਜਾ ਜਾ ਕੇ ਕੰਮ ਕਰ ਲੈ ਇਹ ਕੁਛ ਕਹਿ ਕੇ ਭੇਜਿਆ ਮਾਂ ਨੇ ਕੰਜਰੀ ਨੇ ਮੇਰੀ ਮਾਂ ਤੇ ਨਾ ਜਾ ਮੈਂ ਤੈਨੂੰ ਦੱਸਾਂ ਹਾਂ ਬਾਲੀ ਲੱਗੀ ਹੈ ਕਿਤੇ ਤੂੰ ਮੇਰੇ ਸਿਰ ਤੇ ਚੜਨਾ ਅਰੇ ਚਾਲ ਪਾ ਦੇਖ ਦੇਖ ਕੇ ਮੈਂ ਬੇਸ਼ਰਮ ਮੂੰਹ ਚੱਕਦੀ ਐ ਦੇਖ ਲੰਡਰ ਜਨਾਨੀ ਕਿਵੇਂ ਕਹੇ ਵੀ ਸ਼ਰਮਾ ਮੂੰਹ ਚੱਕ ਲੈਂਦੀ ਐ ਚੀਜ਼ ਤੂੰ ਮੇਰਾ ਮੂੰਹ ਨਾ ਖਲਾ ਮੈਂ ਤੈਨੂੰ ਦੱਸਾਂ ਕੀ ਖਲਾ ਕੀ ਬਾਤ ਕਰ ਲੇਂਗੀ ਤੂੰ ਕਰ ਲੂੰਗੀ ਮੈਂ ਤੇਰਾ ਬਥੇਰਾ ਕੁਛ ਕਰ ਲਾ ਹਾਂ ਲਾ ਉਤਰਨ ਦੇ ਦੂ ਕਿਹੜਾ ਮੈਂ ਮੈਨੂੰ ਇਹਨਾਂ ਨਾ ਸਮਝੀ ਤੂੰ ਐ ਤੂੰ ਕਿਵੇਂ ਦੇ ਦੇਂਗੀ ਕੁਛ ਮੈਨੂੰ ਕਿਹੜਾ ਹਰਾਮ ਬੜਨਾ ਹੋਵੇ ਤਾਂ ਖਾ ਲੱਗ ਜਾਣੀ ਤੈਨੂੰ ਵੀ ਤੂੰ ਦੋ ਰੋਟੀਆਂ ਆਰਾਮ ਨਾਲ ਖਾ ਲੇਂਗੀ ਸਾਡੇ ਕੋਲੇ ਬਹਿ ਕੇ ਖਾਣ ਸੁਣੀਆ ਤੂੰ ਤਾਂ ਤੇਰਾ ਕੀ ਆ ਜੀ ਮੂੰਹ ਉੱਤੇ ਰਹਿੰਦੀ ਆ ਮੈਂ ਤਾਂ ਸਵੇਰ ਦੀ ਰੋਟੀ ਨਹੀਂ ਖਾਧੀ ਹੁਣ ਤੇ ਖਾ ਲਈ ਆ ਅੱਛਾ ਇੱਕ ਰੋਟੀ ਨਾ ਸਾਰ ਲੇਂਗੀ ਬੱਬਰ ਦਾ ਤਰਾ ਨਿਕਲਿਆ ਪਿਆ ਬਾਹਰ ਨੂੰ ਤੇਰੇ ਦੁੱਖ ਦਾ ਹੋ ਜਾਊਗਾ ਤੇਰਾ ਬੱਬਰ ਨਹੀਂ ਹੈਗਾ ਮੇਰਾ ਕੀ ਆ ਦੇਖ ਲੈ ਜੰਮਣ ਵਾਲੇ ਵਾਂਗੂ ਬੱਬਰ ਬਾਹਰ ਕੱਢ ਰੱਖਿਆ ਸੜੀ ਹੋਈ ਨੇ ਤੂੰ ਤਾਂ ਜੰਮੇ ਨਹੀਂ ਹੋਣੇ ਤੂੰ ਕਾਹਨੂੰ ਜੰਮੇ ਸੀ ਬਿਨਾ ਜੰਮੇ ਤੂੰ ਬਿਨਾ ਜੰਮੇ ਤੂੰ ਲੈ ਲੇ ਤਾਂ ਕਿੱਥੇ ਜੀਣਾ ਦੁੱਪਰ ਕੀਤਾ ਭੁੱਖ ਲੱਗੀ ਪਈ ਰੋਟੀ ਦੀ ਗ੍ਰਾਹੀ ਵੀ ਨਹੀਂ ਖਾਣ ਦਿੰਦੀ ਹੈਗੀ ਸਬਜ਼ੀ ਸੀ ਉਹ ਸਾਰੀ ਨਿਬੇੜ ਗਈ ਅੱਗ ਲੱਗਿਆ ਹਜੇ ਕੰਮ ਨੂੰ ਸਾਪਾ ਖਾਨਾ ਚਾਹ ਦਿੱਤੀ ਕਰਕੇ ਪੀਂਦੀਆਂ ਕਿਹੋ ਜਿਹੀ ਸਿੜਕ ਦੇਤੀ ਹੈ ਇਹਨੂੰ ਆ ਜਾਂਦੇ ਅੱਜ ਘਰੇ ਇਹਨੂੰ ਮੈਂ ਪੁੱਛਦੀ ਹਾਂ ਵੀ ਆਪਦੀ ਮਾਂ ਨੂੰ ਸਮਝਾ ਲਾ ਫਿਰ ਨਾ ਕਹੀਂ ਵੀ ਕੁਛ ਕਰਤਾ ਆ ਗਿਆ ਫਿਰ ਫੁਰਕੇ ਆਹੋ ਆ ਗਿਆ ਮਹਾਰਾਣੀ ਆਪ ਚਾਹ ਪੀ ਜਾਂਦੀ ਹੈ ਕਦੀ ਮੈਨੂੰ ਵੀ ਲਿਆ ਕੇ ਦੇ ਦੇ ਕੁੱਟਾ ਤੇ ਹੋਰ ਹੁਣ ਤੇਰੀ ਮੈਂ ਡੀਕ ਕਰਦੀ ਰਹਾਂ ਵੀ ਰਾਂਝਾ ਆਊਗਾ ਫਿਰ ਚਾਹ ਪੀਵਾਂਗੀ ਮੈਂ ਫਿਰ ਮੈਨੂੰ ਦੇ ਦੇ ਘੁੱਟ ਵੱਧੇ ਕਰੀ ਹੋਣੀ ਕਿਹੜਾ ਘੱਟ ਕਰੀ ਹੈ ਮੈਂ ਤਾਂ ਥੋੜ੍ਹੀ ਜਿਹੀ ਬਣਾਈ ਹੈ ਹੋਰ ਕੋਈ ਪੀਣ ਵਾਲਾ ਹੈ ਨਹੀਂ ਸੀ ਹੁਣ ਮੈਨੂੰ ਕੀ ਪਤਾ ਤੂੰ ਤੋਂ ਟਪਕੇਗਾ ਆਹੋ ਆਪਦੇ ਜੋਗੀ ਬਣਾ ਲਿਆ ਕਰ ਕੀ ਲੋੜ ਆ ਹੋਰ ਕਿਹੜਾ ਉਰੇ ਟੱਬਰ ਬਾਸ ਬੁੜੀ ਨੂੰ ਕਹਦੇ ਬਣਾ ਦੂਗੀ ਤੂੰ ਕਾਹਦੇ ਵਾਸਤੇ ਲਿਆਉਂਦੀ ਹੈ ਅੱਛਾ ਮੈਂ ਨੌਕਰਾਂ ਨਹੀਂ ਲਿਆਉਂਦੀਆਂ ਲੈ ਨੂੰ ਅੱਛਾ ਘਰ ਦੇ ਕੰਮ ਕਰਨ ਵਾਸਤੇ ਲਿਆਂਦੀ ਤੂੰ ਨੌਕਰ ਰਾਣੀ ਆ ਕਹਿੰਦਾ ਮਤਲਬ ਕੀ ਹੈ ਤੂੰ ਕਾਹਦੇ ਵਾਸਤੇ ਲਿਆਂਦੀ ਹੈ ਫਿਰ ਤੂੰ ਚਾਹ ਦੀ ਕੁੱਟ ਵੀ ਨਹੀਂ ਕਰਕੇ ਦੇ ਸਕਦੀ ਯਾਰ ਵੇ ਮੈਂ ਹੀ ਕਰਦੀ ਆ ਚਾਹ ਜੇ ਹੁਣ ਕੁੱਟ ਬਣਾ ਕੇ ਵੀ ਪੀ ਲਓਗੇ ਦੋਨੇ ਮਾਂ ਪੁੱਤ ਫਿਰ ਕਿੱਧਰ ਦਾ ਲੋੜਾ ਆਉਂਦਾ ਆ ਕਰਦੀ ਹੈ ਆਪਦੀ ਬਣਾਈਏ ਕੁੱਟ ਮੇਰੇ ਵਾਸਤੇ ਬਣਾ ਦੇ ਕਿੱਡੀ ਗੱਲ ਹੈਗੀ ਬਣਾ ਦੂੰਗੀ ਜੇ ਤੇਰੇ ਹੱਥ ਹੈ ਨਹੀਂ ਨਾਲ ਤੂੰ ਜਾਂ ਕਹਿ ਨਹੀਂ ਸਕਦਾ ਉਹਨੂੰ ਕਹਿ ਨਹੀਂ ਸਕਦਾ ਹੁਣ ਉਹਦੀ ਸਾਰੀ ਉਮਰ ਲੰਘ ਗਈ ਉਹਦੀਆਂ ਚਾਹਾਂ ਪੀ ਵੀ ਬਥੇਰਾ ਹੋ ਗਿਆ ਹੁਣ ਤੂੰ ਲਿਆਂਦੀ ਤੂੰ ਵੀ ਪਿਲਾ ਦਿਆ ਕਰ ਕਦੇ ਚਾਹ ਕਰਕੇ ਓਹੋ ਕੰਮ ਕਰਕੇ ਆ ਗਿਆ ਥੱਕ ਕੇ ਆ ਗਿਆ ਦੇਖ ਤਾਂ ਸਹੀ ਇੱਟਾਂ ਵਾਲਿਆਂ ਨਾਲ ਲੇਬਰ ਤੇ ਗਿਆ ਹੋਇਆ ਸੀ ਹੋਰ ਤੂੰ ਤਾਂ ਬੈਠੀ ਮਾਰੀ ਜਾਂਦੀ ਹੈਗੀ ਉਰੇ ਕਿਉਂ ਦਿਮਾਗ ਖਾਧਾ ਦਿਮਾਗ ਖਾਧਾ ਨਾਲੇ ਪੂਰਾ ਕੀ ਕਰਕੇ ਆਇਆ ਤੂੰ ਖੇਤੋਂ ਆਏਗਾ ਖੇਤ ਕੀ ਉੱਥੇ ਗਾਂਧੀ ਮੱਛੀਆਂ ਫੜਨ ਗਿਆ ਸੀ ਮੱਛੀਆਂ ਡੱਡੂ ਆ ਮੀਂਹ ਧੜਕੀ ਦਾ ਪੈਣ ਲੈ ਰਿਹਾ ਦੇਖਣ ਗਿਆ ਸੀ ਕੋਈ ਬੱਟ ਚ ਖੱਡਦੀ ਨੀ ਪੈਰੀ ਅਗਲੇ ਲਾਂਬੇ ਦਿੰਦੇ ਫਿਰਨਗੇ ਫਿਰ ਨਾਲੇ ਖੱਡਾਂ ਖੁੱਡਾਂ ਤੋਂ ਬੋਚ ਕੇ ਲੰਘਿਆ ਕਰ ਆਈ ਨੀ ਪਤਾ ਕਿਤੇ ਪੈਰ ਵਿੱਚ ਗੱਡ ਜੇ ਤੇ ਖੱਡ ਦੇ ਵਿੱਚ ਹੀ ਵੜ ਜਾਏਗਾ ਚੱਲ ਵਧੀਆ ਪਿੰਡਾਂ ਦਾ ਛੁੱਟ ਜੂਗਾ ਮੇਰਾ ਆਹੋ ਪਰ ਇਹ ਕੰਮ ਨਿਬੜੂ ਇੱਕ ਤਾਂ ਰੱਬ ਨੇ ਉਹਨਾਂ ਕ ਬਣਾਤਾ ਨਾਦਾ ਨਾ ਸਾਰਾ ਮਤਾ ਬਥੇਰਾ ਜ਼ੋਰ ਲਾਦੀ ਕਿੱਥੋਂ ਫਸਾਏਗਾ ਰੇ ਮੇਰੀ ਮਾਂ ਨੇ ਅੱਛਾ ਤੂੰ ਫਸ ਗਿਆ ਕੀ ਹੋ ਗਿਆ ਮੈਂ ਨਹੀਂ ਕੁਛ ਕਿਹਾ ਅੱਛਾ ਨਾ ਕਹਿ ਨਾ ਮੇਰੀ ਮਾਂ ਨੇ ਫਸਾਤਾ ਤੇਰੀ ਮਾਂ ਨੂੰ ਕਹਿ ਦੇ ਹੁਣ ਹੋਰ ਕੋਈ ਲਿਆ ਦੇ ਤੈਨੂੰ ਰਾਂਝੇ ਨੂੰ ਹੁਣ ਕਿਹੜੀ ਆਊਗੀ ਹੁਣ ਤਾਂ ਜਿਹੜਾ ਟਾਈਮ ਕੱਟਣਾ ਪਊਗਾ ਐ ਸ਼ੁਕਰ ਕਰ ਕਿ ਮੈਂ ਪਤਾ ਨਹੀਂ ਕਿਵੇਂ ਮਿਲ ਗਈ ਤੈਨੂੰ ਮਿਲ ਗਈ ਆਹੋ ਇਹਦੇ ਨਾਲ ਤਾਂ ਛੜੀ ਜੰਗੇ ਦੇ ਰਹਿ ਜਾਂਦਾ ਛੜਾ ਫਿਰ
ਮੈਂ ਕਿਹੜਾ ਚਿੱਠੀ ਪਾਈ ਸੀ ਜਾਂ ਬਦੋ ਬਦੀ ਆਈ ਸੀ ਤੇਰੇ ਨਾਲ? ਉਹ ਰਹਿਣ ਨਹੀਂ ਦਿੱਤਾ ਮੇਰੀ ਮਾਂ ਨੇ, ਕਾਹਨੂੰ ਮੈਥੋਂ ਗਾਲਾਂ ਕਢਾਏਗੀ ਹੁਣ ਉਹਨੂੰ ਵੀ। ਕਰਾ ਲੈ ਬੱਚੇ ਛੇਤੀ ਕਰਾ ਲੈ, ਦਾਜ ਦੇਣਗੇ ਐਂ ਕਰਨਗੇ। ਆ ਭਰ ਲੈ ਦਾਜ ਨਾਲ, ਟਰੱਕ ਭਰ ਲੈ ਰੇ, ਕੁਛ ਨਹੀਂ ਦਿੱਤਾ। ਆ ਮੂੰਹ ਤੇ ਮਸਰਾਂ ਦੀ ਦਾਲ, ਹਾਂ ਦਾਜ ਤੇਰੇ ਘਰੇ ਆਉਣਾ ਸੀ ਟਰੱਕਾਂ ਨਾਲ, ਅੱਗਾ ਨੇ ਕੁਛ ਨਹੀਂ ਦਿੱਤਾ। ਹਾਂ ਦਾਜ ਵਾਲੀ ਫਰਿੱਜ ਜਿੱਡਾ ਨਹੀਂ ਹੈਗਾ ਤੂੰ। ਮੈਂ ਕੀ ਸਰਚ ਮਾਰਨਾ ਦੀ ਫਰਿੱਜ, ਬੜਾ ਲੋੜ ਨਹੀਂ ਹੈ ਜੀ ਤੁਹਾਡੇ ਫਰਿੱਜਾਂ ਦੀ। ਇੱਕ ਕੂਲਰ ਨਹੀਂ ਸਰਿਆ, ਏਸੀ ਦੇਣਗੇ, ਫਰਿੱਜ ਕੂਲਰ ਅੱਗੇ ਤਾਂ ਤੂੰ ਪੈ ਜਾਂਦਾ ਨਾ। ਡਬਲ ਮੋਟਰ ਵਾਲਾ ਕੂਲਰ ਲਿਆ ਸੀ ਮੇਰੀ ਮਾਂ ਨੇ, ਨਾਲੇ ਮੇਰੇ ਬਾਪ ਨੇ, ਤਾਂ ਤੂੰ ਕਿੱਥੇ ਆ? ਉਹ ਕੂਲਰ ਹੈ ਨਹੀਂ, ਮੈਂ ਪਤਾ ਲੱਗ ਗਿਆ ਸੀ ਤੇਰਾ ਚਿਰਾਗ ਦਾ, ਚਿਰਾਗ ਦਾ। ਉਹ ਕੂਲਰ ਅੱਗੇ ਪੈ ਜਾਂਦਾ ਨਾ ਤੂੰ, ਤੂੰ ਤਾਂ ਮੈਂ ਕਹਿੰਦੀ ਪਤਾ ਨਹੀਂ ਕਿੱਧਰ ਨੂੰ ਉੱਡਿਆ ਹੁੰਦਾ ਨਾ। ਜੇ ਚਿਰਾਗ ਦਾ ਪਤਾ ਲੱਗ ਗਿਆ ਦੀ ਫਿਰ ਕਹਿਣੀ ਹੈ ਕਿ ਆਪਦੀ ਕੁੜੀ ਉਹਨਾਂ ਨੇ ਕਾਹਤੋਂ ਡੋਬੀ ਹੈ। ਡੋਬੀ ਆ ਉਦੋਂ ਤਾਂ ਦੱਸ ਕਹਿੰਦੇ ਹੁਣ, ਉਦੋਂ ਤਾਂ ਕੰਜਰ ਕਹਿੰਦੇ ਸੀਗੇ ਸਾਡੇ ਕੋਲ 10 ਕਿੱਲੇ ਨੇ, 10 ਕਿੱਲੇ ਨੇ, ਆ ਲੈ ਲਓ 10 ਕਿੱਲੇ। ਓਏ ਬੈਠੀ ਰਹਿ, ਮੈਂ ਸਭ ਜਾਣਦਾ, ਉੱਥੇ ਵੀ ਆਈ ਕੁੱਤ ਕਲੇਸ਼ ਰੱਖ ਦਿਓਗੀ, ਕਹਿਤਾ ਹੋਣਾ ਮਾਂ ਬਾਪ ਨੇ ਪਰ ਰੋਕ ਲਈ ਇਸਨੇ ਮਿਲਦਾ ਤੋਰ ਦੂ ਵੇ। ਉਹ ਵੀ ਘਰ ਮੇਰੇ ਨਾਲ ਹੀ ਸਾਂਭਿਆ ਹੋਇਆ ਸੀ, ਮੈਂ ਦੀ ਰਕਾਨ ਦਾ ਘਰ ਸਾਹਮਣਾ ਹੀ ਘਰ, ਆ ਵੀ ਘਰ ਤੇਰੀ ਹੈ, ਇਹਦਾ ਸਮਝਦਾ ਨਹੀਂ ਦਿੱਤਾ। ਹਿੱਲੀ ਦੇ ਕਿਵੇਂ ਜਾਂਦਾ, ਮਾਰ ਖੌਲੀਏ ਵਾਂਗੂ ਹਿੱਲਣ ਵਾਲੀ ਬਿਮਾਰੀ ਲੱਗੀ ਹੋਈ ਹੈ ਤੈਨੂੰ ਜਿਵੇਂ। ਬਿਮਾਰੀ ਤਾਂ ਲਾਈ ਰੱਖੀ ਹੈ, ਤੇ ਲਾਈ ਰੱਖੀ ਹੈ, ਇਹ ਤੋਂ ਵੱਡੀ ਬਿਮਾਰੀ ਮੈਨੂੰ ਕੀ ਲੱਗੂਗੀ। ਕਿਤੇ ਬਹਿ ਵੀ ਜਾਇਆ ਕਰ ਟਿੱਕ ਕੇ, ਬਹਿ ਵੀ ਜਾਇਆ ਕਰ ਟਿੱਕ ਕੇ, ਘਰ ਸਾਹਮਣਾ ਤੇਰਾ ਰਕਾਨ ਦਾ ਨਾ ਘਰ ਵੀ ਤੇਰਾ, ਇਹਨੂੰ ਵੀ ਸਾਂਭ ਲੈ। ਐਂ ਕਰ ਮੈਂ ਚਾਹਦਾ ਘੁੱਟ ਪੀਤਾ, ਹੁਣ ਉਹਦਾ ਨਸ਼ਾ ਨਾ ਖਰਾਬ ਕਰ ਮੇਰਾ, ਜਾ ਇੱਥੋਂ ਖੜਾ ਹੋ ਜਾ, ਜੇ ਕੁਛ ਖਾਣਾ ਪੀਣਾ ਰਸੋਈ 'ਚ ਵਗ ਜਾ, ਮੈਂ ਤਾਂ ਘੜੀ ਆਰਾਮ ਕਰਨ ਲੱਗੀ ਹਾਂ। ਬੋਲਣ ਨੂੰ ਮਰਦਾ, ਆ ਸੌਦਾ ਤਾਂ ਸਾਰਾ ਮੁੱਕਿਆ ਪਿਆ, 10 ਦਿਨ ਹੋ ਗਏ ਨੇ, ਹੈਂ ਸੌਦਾ ਤਾਂ ਤੇਰੇ ਤੋਂ ਲਿਆਂਦਾ ਨਹੀਂ ਜਾਂਦਾ, ਬਣਿਆ ਫਿਰਦਾ ਵੱਡਾ ਨਾਡੂ ਖਾਂ। ਬੋਲਣੇ ਜਾਣਦੀ ਹੈ, ਮੈਂ ਤਾਂ ਮੇਰੀ ਮਾਂ ਦਾ ਤੜਕੀ ਤੜਕੀ ਚਾਹ ਦਿੰਦੀ ਹਾਂ, ਪਤਾ ਨਹੀਂ ਨਾ ਆਹ 10-10 ਵਾਰ ਤਾਂ ਚਾਹ ਤੂੰ ਕਰਕੇ ਪੀਨੀ ਹੈ, ਐਡਾ ਢਿੱਡ ਕਰਕੇ 20-20 ਰੋਟੀਆਂ ਤੂੰ ਖਾਣੀ ਤਾਂ 2-2 ਰੋਟੀਆਂ ਖਾਣੀਆਂ। ਤੁਹਾਡਾ ਬਹਿ ਜੇ ਬੇੜਾ, ਮਰ ਜਾ, ਆ ਮੇਰਾ ਢਿੱਡ ਲਿੱਸਾ ਕਰਕੇ ਛੱਡੋਗੇ ਤੁਸੀਂ? ਖਾ ਲਿਆ ਕਰ। ਹਾਏ ਬੇਟਾ ਜਾਣਿਆ, ਕਹੇ ਜੀ ਨਜ਼ਰ ਲਈ ਮੇਰੇ ਖੱਲੀ ਪੈ ਗਈ, ਪੈਰ ਨੂੰ ਮਰ ਜਾਣਿਆ ਨਾ ਦੇਖਾਂ, ਮੈਨੂੰ ਤਾਂ ਦੱਬ ਦੇ, ਮੈਨੂੰ ਤਾਂ ਫੇਰ ਵੀ ਸੋਚ ਰਹਿੰਦੀ ਆ, ਤੂੰ ਤਾਂ ਨਹੀਂ ਮੇਰੀ ਸੋਚ ਕਰਦੀ, ਉਂਗਲ ਮੁੜ ਗਈ ਕੰਜਰਾ। ਓਹੋ ਆਈ ਨਿਕਲ, ਆਈ ਲੇਖੇ ਦੇਂਗੀ, ਲੱਤ ਮਾਰੂ ਮੈਂ ਤੇਰੇ ਕਾਲਜੇ ਚ, ਦੇਖਾ ਕਰ ਲੋ ਭਲਾ ਕਿਸੇ ਦਾ। ਮੈਂ ਖੱਲੀ ਪੈ ਗਈ, ਮਸਲ ਦੇ ਪੈਰ ਨੂੰ ਮੜਾ ਜਾ, ਖੱਲੀ ਪੈ ਗਈ, ਘੱਟ ਪੀ ਲਿਆ ਕਰ ਚਾਹ, ਘੱਟ ਪੀ ਲਿਆ ਕਰ। ਮੈਂ ਤਾਂ ਐਂ ਕਹਿਣਾ, ਮੈਂ ਤਾਂ ਤੇਰੇ ਫਾਇਦੇ ਨੂੰ ਇਹ ਕਹਿ ਰਿਹਾ। ਕੀ ਮੇਰੇ ਫਾਇਦੇ ਨੂੰ ਕਹਿਣਾ ਵੇ ਤੂੰ? ਓਏ ਕੱਲ ਨੂੰ ਤੇਜ਼ਾਬ ਬਣਨ ਲੱਗ ਜੂ, ਫਾਇਦਾ ਕੋਈ? ਚੱਲ ਛੱਡ ਵੇ, ਤੇਜ਼ਾਬ ਬਣ ਜੂਗਾ ਮੇਰੇ ਕਿੱਥੇ ਤੇਜ਼ਾਬ ਬਣਦਾ, ਤੇਜ਼ਾਬ ਤਾਂ ਮੇਰੇ ਲਵੇ ਲਾਉਣੇ ਨਹੀਂ ਖੜਦਾ। ਤੇਜ਼ਾਬ ਤਾਂ ਸਾਡੇ ਬਣਾ ਰੱਖਿਆ, ਤੇ ਤੇਰੇ ਕਾਹਨੂੰ ਬਣੂਗਾ ਵੇ? ਤੇਰੀ ਮਾਂ ਨਾ ਦਵਾਈ ਦਾ ਬਹਾਨਾ ਕਰਦੀ ਆ, ਐਡੇ ਐਡੇ ਗਲਾਸ ਦੁੱਧ ਦੇ ਪੀ ਲੈਂਦੀ ਹੈ। ਬਾਈ ਦੱਸਿਆ ਹੋਇਆ ਡਾਕਟਰ ਨੇ, ਦਵਾਈ ਤਾਂ ਮੈਂ ਦਵਾ ਕੇ ਲਿਆਦੀ। ਅੱਛਾ ਤੈਨੂੰ ਵੀ ਦੱਸਿਆ ਹੋਇਆ ਵੀ ਮਾਂ ਨੂੰ ਦੁੱਧ ਪੀਣਾ ਦੱਸਿਆ ਹੋਇਆ? ਹਾਂ ਤੂੰ ਕਿਹੜਾ, ਮੈਂ ਸਭ ਜਾਣਦਾ ਦੁੱਧ ਤੂੰ ਪੀ ਜਾਣੀ, ਸਾਨੂੰ ਕਿਹੜਾ ਦੁੱਧ ਮਿਲਦਾ, ਕਿਹੜਾ ਤੇਰੇ ਨਾਲ ਮੱਥਾ ਮਾਰੇ। ਸਾਡੇ ਘਰ ਚ ਤਾਂ ਨਾ ਇਹ ਐਡੀਆਂ ਐਡੀਆਂ ਕੰਨੇ ਐਡੇ ਐਡੇ ਢੋਲ ਭਰੇ ਹੁੰਦੇ ਨੇ ਦੁੱਧ ਦੇ, 15 ਮੈਸਾਂ ਰੱਖਿਆ ਨੇ ਮੇਰੇ ਪਿਓ ਨੇ। ਉਹ ਜਾਣਦਾ ਮੈਂ, ਹਾਂ ਮੈਂ ਜਾਣਦਾ, ਮੈਂ ਕਿਹੜਾ ਉੱਥੇ ਕਦੇ ਗਿਆ ਨੀ, ਮੱਝਾਂ ਨੇ ਸਾਡੇ ਬਾਹਰਲੇ ਬਾਗ ਚ ਜਾ ਕੇ ਦੇਖਿਆ ਕਰ, ਜਾਣਦਾ ਗਿਆਗਾ, 20-25 ਨੇ ਬੂਰੀਆਂ ਬੰਨੀਆਂ। ਦੁੱਧ ਹੀ ਸਾਡੇ ਪਿੰਡ ਦਾ ਨਾ ਕੱਲਾ ਸਾਡੇ ਘਰੋਂ ਦੁੱਧ ਲਿਜਾ ਕੇ ਇੰਨਾ ਦੁੱਧ ਪਾਉਂਦਾ ਹੈ ਲੋਕਾਂ ਨੂੰ, ਹਾਂ 20-25 ਬੰਨੀਆਂ ਨੇ ਬੂਰੀਆਂ, ਦੁੱਧ ਘਟਦਾ ਹੈ, 15 ਮੈਸਾਂ ਬੰਨੀਆਂ ਨੇ। ਆਹੋ ਵਾਲਾ ਝੂਠ ਵੀ ਨਹੀਂ ਮਾਰਦੀ ਮੈਂ। ਆਹੋ ਲੈ ਦੱਸ, ਕੰਜਰ ਨਾ ਹੋਣ ਤੇ ਕਿੱਥੇ ਬਿਪਤਾ ਪਾਈ, ਹਰ ਵੇਲੇ ਦਿਮਾਗ ਚੱਟੀ ਰੱਖਦੇ ਨੇ ਮੇਰਾ, ਮੈਨੂੰ ਤਾਂ ਲੱਗਦੀ ਹੁਣ ਮੈਨੂੰ ਬਦਾਮ ਬਦੂਮ ਲਿਆਉਣੇ ਪੈਣੇ ਨੇ, ਇਹ ਤਾਂ ਨਹੀਂ ਛੱਡਦੇ ਮੇਰਾ ਦਿਮਾਗ। ਚੱਲ ਨਹੀਂ ਨਾ ਪੈ ਜਾ, ਘੜੀ ਆਰਾਮ ਕਰ, ਆਹ ਖਾਲੀ ਪਰੌਂਠੀ ਹੋਣਾ ਨੂੰ ਹਾਜ਼ਮੇ ਵੀ ਕਰ ਲੈ ਮਾੜਾ ਮੋਟਾ।
ਹੈ ਨਹੀਂ ਕਹਿ ਲਈ ਵੀ ਮਾੜਾ ਮੋਟਾ ਪੋਚੇ ਪੱਚੇ ਮਲ ਕੇ ਪਾ ਦਿਆਂ ਕਿਵੇਂ ਪਾ ਆ ਦੇਖ ਲੈ ਸੰਭਰ ਨਾਲ ਪਏ ਆ ਕਿੰਨਾ ਗੰਦ ਪੈ ਰਿਹਾ ਵਿਹੜੇ 'ਚ ਆ ਦੇਖ ਲੈ ਥੈਲਾ ਕਿੰਨੇ ਵਾਰ ਕਹਿਤਾ ਵੀ ਥੈਲਾ ਧੋ ਦੇ ਪੀਣਾ ਪਾਉਣਾ ਹੈਂ ਆ ਥੈਲਾ ਧੋ ਦੇ ਮਹਾਰਾਣੀ ਥੈਲਾ ਪੀਣਾ ਪਾਉਣਾ ਗਾ ਆ ਪਰੌਂਠੇ ਖਾਣੀਆਂ ਜਿਹੜੇ ਨਾ ਪੀਣਾ ਵੀ ਪਿਹਾ ਲਿਆ ਘਰ ਤਾਂ ਤੂੰ ਭੁੱਖੀ ਰਹਿੰਦੀ ਹੈ ਮੇਰੇ ਪਰੌਂਠੇ ਜ਼ਿਆਦਾ ਰੜਕਣੇ ਤੈਨੂੰ ਹੈ ਤੂੰ ਨਹੀਂ ਧੋ ਸਕਦੀ ਕਿ ਥੈਲਾ ਹੀ ਇੱਕ ਕਿ ਹੱਥ ਨਹੀਂ ਹੈਗੇ ਛੱਡ ਰੱਖਿਆ ਗਾ ਤੇਰਾ ਪਿਓ ਬਸ ਜੋ ਬਿਲਾ ਅੱਛਾ ਐ ਪਾਣੀ ਛੱਡ ਰੱਖਿਆ ਗਾ ਮੇਰੇ ਪਿਓ ਨੇ ਕੁੜੀ ਦੇਤੀ ਇੰਨੀ ਥੋੜੀ ਹੈ ਬਿੱਲ ਵੀ ਤੁਹਾਡੇ ਪਿਓ ਭਰ ਕੇ ਜਾਵੇ ਪਾਣੀ ਕਿਉਂ ਡੋਲਾ ਲੱਗ ਰਹੀਆਂ ਫਿਰ ਆ ਤੇਰੀ ਕੁਛ ਲੱਗਦੀ ਮਿੱਟੀ ਪਈ ਆ ਮਣ ਮਣ ਮਿੱਟੀ ਵਿੱਚ ਚਾਰੂ ਚੱਕਲਾ ਟੁੱਟੇ ਹੋਏ ਨੇ ਤੂੰ ਤਾਂ ਨਹੀਂ ਸਾਫ਼ ਕਰਨਾ ਮੈਨੂੰ ਤਾਂ ਦੀਂਦਾ ਮਾਰ ਲੈ ਨਹੀਂ ਚਾਰੂ ਮਾਰ ਲੈ ਕੁੱਟਰੇ ਚਾਰੂ ਮਾਰ ਲੈ ਛਿਲਕਣਾ ਆ ਗੱਟਾ ਚੱਕ ਤੇ ਧੋ ਲਾ ਆਪਦਾ ਕਿਉਂ ਤੇਰੇ ਟੁੱਟੇ ਹੋਏ ਨੇ ਕਿ ਤੇਰਾ ਪਿਓ ਸਾਬਣ ਸੋਡਾ ਛੱਡ ਸਰ ਕੇ ਜਾ ਸੋਰੇ ਮੇਰੇ ਸਿਰ ਤੇ ਚੜ ਕੇ ਨੱਚਿਆ ਨਾ ਕਰ ਬਹੁਤ ਦਿਮਾਗ ਖਾਇਆ ਮੇਰਾ ਤੁਸੀਂ ਨੱਚਦੇ ਤਾਂ ਤੂੰ ਐ ਛਾਂਡਦੀ ਏ ਤੂੰ ਮੋਨੂੰ ਲਗਾਮ ਦੇ ਲੈ ਮੈਂ ਤੈਨੂੰ ਦੱਸਾਂ ਕਿਆ ਹਾਂ ਦੰਦੀਆਂ ਵੱਢਦੀ ਤੇਰੇ ਮੈਂ ਦੰਦੀਆਂ ਦੰਦੀਆਂ ਕਹਿੰਦੇ ਤੂੰ ਤਾਂ ਬੁਰਕੇ ਵੱਢਦੀ ਏ ਤੂੰ ਤਾਂ ਚੱਕ ਮਾਰਦੀ ਏ ਮੈਨੂੰ ਓਰੇ ਤੂੰ ਤਾਂ ਫੁੱਲ ਵਰਸਾ ਹੁਣੀ ਤਾਂ ਫੁੱਲ ਕਿਰਦਾ ਨੇ ਮੂੰਹ ਚੋਂ ਹਾਂ ਤੇਰੇ ਮੂੰਹ ਤਾਂ ਫੁੱਲ ਕਿਰਦੇ ਨੇ ਫੁੱਲ ਕਿਰਨੇ ਆਪਦੇ ਵਾਸ ਹੁੰਦਾ ਹੈ ਹਾਂ ਉਹ ਕਹਿੰਦੇ ਨੇ ਪੇਕੇ ਲੈਣ ਕੀ ਜਾਈਏ ਜੇ ਸੱਸ ਮਾਂ ਬਣ ਜੇ ਅੱਛਾ ਜੇ ਆਪਦੇ ਨੂੰ ਜੋ ਕਹਿੰਦੇ ਨੇ ਬਗਾਨੀਆਂ ਆਪਦੇ ਬਣ ਜਾਂਦਾ ਆਪਦੇ ਨੂੰ ਕੌਣ ਯਾਦ ਕਰੇ ਜਦੋਂ ਬਗਾਨੀਆਂ ਨੂੰ ਬਗਾਨੀਆਂ ਸਮਝੀਦਾ ਨਾ ਮੈਨੂੰ ਪਿਆਵੇਂਗੇ ਮੈਂ ਹੁਣ ਨਾ ਕੇ ਹਟੀਆਂ ਨਾ ਕੇ ਤੂੰ ਦੇਖ ਕਿਵੇਂ ਚੀਕਾਂ ਮਾਰਦੀ ਏ ਵੀ ਆਂਡੀਆਂ ਗਵਾਂਡੀਆਂ ਨੂੰ ਕਿਉਂ ਨਹੀਂ ਸੁਣਦਾ ਲੋਕ ਕਿਉਂ ਨਹੀਂ ਇਕੱਠੇ ਹੁੰਦੇ ਤੇਰੇ ਆਪਦੇ ਕਰਤੂ ਤਾਂ ਆਪੇ ਦੱਸ ਰਹੀ ਆ ਤੂੰ ਦੱਸਦੀ ਆ ਮੈਂ ਕਰਤੂ ਆਪਦੇ ਕਰਤੂ ਤਾਂ ਆਹੋ ਹਾਂ ਲੋਕਾਂ ਦੇ ਸੁਣਦੇ ਕਿਸੇ ਦੇ ਲੜਦੀਆਂ ਆ ਜਾਂਦੇ ਤੇਰੀ ਜ਼ਬਾਨ ਚੱਲ ਜੇ ਲੁੱਤ ਆ ਜਾਂਦੇ ਉਹਨੂੰ ਚਾਮ ਚੜਕੇ ਜੇ ਨੂੰ ਅੱਜ ਮੈਂ ਕਰਦੀ ਆ ਕ ਪਾਸਾ ਉਹਦੇ ਨਾਲ ਚਾਮ ਚੜਕੇ ਤੇ ਤਾਂ ਬਣਾ ਰੱਖਿਆ ਕਰ ਲਾ ਸਨਾ ਸਨਾ ਕੇ ਉਹਨੂੰ ਜੇ ਰੋਟੀ ਪਾਣੀ ਦੇਵੇਂ ਕਿਉਂ ਨਾ ਹੋ ਰਾਜੀ ਹੋਵੇ ਨਹੀਂ ਮੈਂ ਤਾਂ ਜਦੋਂ ਦੀ ਆਈ ਆ ਉਹਨੂੰ ਇਹੋ ਜਿਹਾ ਹੀ ਦੇਖਦੀ ਆ ਹੋਰ ਹਾਂ ਪਹਿਲਾਂ ਦੀ ਨਹੀਂ ਤੈਨੂੰ ਦੀਂਦਾ ਸੀ ਦੀਂਦਾ ਸੀ ਕਹਿੰਦੇ 10 ਕਿੱਲੇ ਜ਼ਮੀਨ ਦੇ ਨੇ ਹੈਗੇ ਨਾ ਕੋਈ ਨਾ ਕੁੜੀ ਰਾਜ ਕਰੂਗੀ ਸੁੱਖ ਕਰੂਗੀ ਸੁੱਖ ਲਊਗੀ ਆ ਦੇਖ ਲੈ ਕਿੰਨੀਆਂ ਖੁਸ਼ੀਆਂ ਮਿਲਦੀਆਂ ਨੇ ਮੈਨੂੰ ਕਿੰਨੇ ਸੁੱਖ ਮਿਲਦੇ ਨੇ ਪੈ ਨਹੀਂ ਨਹੀਂ ਮੇਰੇ ਪੁੱਤ ਨੂੰ ਦੁੱਧ ਦੀ ਕੁੱਟ ਮਿਲਦਾ ਮੈਨੂੰ ਨਹੀਂ ਮੈਂ ਤਾਂ ਸਾਹ ਹੁੰਦੇ ਪਿੱਛੋਂ ਪਹਿਲੇ ਸੜਕ ਜਾਨੀ ਐ ਕਿੰਨਾ ਕੁ ਦੁੱਧ ਲਿਆ ਹੈ 2 ਕਿਲੋ ਦੁੱਧ ਹੁੰਦਾ ਤੇ 2 ਕਿਲੋ ਨਾਲ ਕੀ ਬਣਦਾ ਚਾਹ ਥੋੜੀ ਵੇਰੀ ਬਣਦੀ ਐ ਚਾਹ ਕਿ ਅਸੀਂ ਪੀਨੇ ਹੈਗੇ ਤੂੰ ਹੀ ਪੀਨੀ ਐ ਜਦੋਂ ਫਰੋਠੇ ਲਾ ਲੈ ਚਾਹ ਕਰ ਲਈ 10-10 ਕੱਪ ਚਾਹ ਦੀ ਪੀ ਲੈ ਮੈਂ ਦੁੱਧ ਪੀ ਲਿਆ ਨਹੀਂ ਮੈਂ ਤਾਂ ਚਾਹ ਨਾਲ ਪਰੌਂਠਾ ਵੀ ਨਹੀਂ ਖਾਂਦੀ ਮੈਨੂੰ ਤਾਂ ਘਬਰਾਹਟ ਹੁੰਦੀ ਆ ਮੂੰਹ ਤੇ ਪੀ ਲੈ ਤੂੰ ਬਾਲਾ ਨਾ ਬੋਲ ਮੈਂ ਤੈਨੂੰ ਦੱਸਾਂ ਹੁਣ ਸੜੀ ਹੋਈ ਮੈਂ ਭੁੱਲ ਜਾਊਂਗੀ ਤੂੰ ਮੇਰੀ ਕੀ ਲੱਗਦੀ ਐ ਕਿਆ ਮੈਂ ਭੁੱਲ ਮੈਂ ਕਿ ਟੁੱਟੇ ਹੋਏ ਨੇ ਮੈਂ ਨਹੀਂ ਧਰ ਸਕਦੀ ਤੇਰੇ ਧਰ ਸਕਦੀ ਤੇਰੇ ਖਾਂਦੀ ਪਿੰਦੀ ਮਸਤ ਦੀ ਹੈਗੀ ਤੇਰੇ ਧੌਲੇ ਝੱਟ ਦਾ ਲਿਆਜ ਕਰਦੀ ਆ ਮੈਂ ਕਿਉਂ ਕਰ ਲੈ ਫਿਰ ਲਾ ਕੇ ਦਿਖਾ ਹੱਥ ਤੂੰ ਤਾਂ ਚਾਹੁੰਦੀ ਨਹੀਂ ਕਿਹੜੀ ਸੀਨਾ ਫਿਰਾਂ ਤੂੰ ਤਾਂ ਚਾਹੁੰਦੀ ਐ ਵੀ ਮੇਰੇ ਹੱਥ ਲਾਵੇ ਮੈਂ ਪਿੱਟਾਂ ਮੈਂ ਰੌਲਾ ਪਾਵਾਂ ਵੀ ਲੋਕਾਂ ਨੂੰ ਇਕੱਠੇ ਕਰਾਂ ਇਹਦੀ ਬੇਇੱਜ਼ਤੀ ਕਰਾਂ ਮਰ ਜਾ ਵਿਚੋਲਾ ਕੰਜਰ ਜਿਹਨੇ ਇਹੀ ਜਿਹਦੇ ਪੱਲੇ ਪਾ ਦੇ ਮੈਂ ਤਾਂ ਆਪ ਕਹਿੰਦੀ ਆ ਮਰ ਜੇ ਕੰਜਰ ਨਾ ਹੀ ਉਹਦਾ ਅੱਗਾ ਵਧੇ ਇਹੀ ਪੱਲੇ ਪਾਤੀ ਮੇਰੇ ਹਾਂ ਮੈਂ ਤਾਂ ਆਪ ਕਹਿੰਦੀ ਆ ਮੇਰਾ ਪੁੱਤ ਫਸਾਤਾ ਕਿੱਥੇ ਫਸਾਣ ਜੀ ਦੇ ਤੇਰਾ ਪੁੱਤ ਫਸ ਗਿਆ ਹਾਂ ਤੇਰੇ ਪੁੱਤ ਨੂੰ ਕੋਈ ਦਿੰਦਾ ਨਹੀਂ ਸੀ ਰਿਸ਼ਤਾ ਆ ਕੰਜਰ ਵਿਚੋਲੇ ਨੇ ਝੂਠ ਮਾਰ ਮਾਰ ਕੇ ਕਰਾਤਾ ਆਹੋ ਵਿਚੋਲਾ ਦਾ ਆਖੇ ਕੰਜਰ ਸਾਡੇ ਨਾਲ ਝੂਠ ਵੱਡਿਆ ਹੋ ਹਾਂ ਗਾ ਮਾਂ ਬਾਪ ਦੇ ਰੜਕਦੀ ਹੋਵੇਂਗੀ ਸਾਡੀ ਰੱਸਾ ਕੱਢਤਾ ਨਹੀਂ ਮੇਰੇ ਮਾਂ ਪਿਓ ਤਾਂ ਨਾ ਮੇਰੀ ਇੰਨੀ ਕਦਰ ਕਰਦੇ ਸੀ ਲਾਡਾ ਨਾਲ ਪਾਲੀ ਸੀ ਹਾਂ ਪੜ੍ਹਾਈ ਲਿਖਾਈ ਆ ਡੋਬਤੀ ਖੂਚ ਇਹ ਜੀ ਮਾਂ ਕੰਜਰ ਜਿਹੜੀ ਤੁਹਾਨੂੰ ਇਹੀ ਜੀ ਸ਼ਿਕਸ਼ਾ ਦੇ ਕੇ ਤੋਰੀ ਆ ਉਰੇ ਮੇਰੇ ਮਾਂ ਨੂੰ ਨਾ ਪੁੱਠਾ ਸਿੱਧਾ ਮੈਂ ਤਾਂ ਦੱਸਾਂ ਮੈਂ ਨਹੀਂ ਕਿਸੇ ਦੀ ਮਾਂ ਮੈਂ ਨਹੀਂ ਕਿਸੇ ਦੀ ਮਾਂ ਹੋਵੇਂਗੀ ਮੇਰੀ ਮਾਂ ਕਿਉਂ ਤੇਰੇ ਕੰਜਰ ਤੇਰੇ ਤੇ ਤੂੰ ਕੰਜਰੀ ਤੇਰੀ ਮਾਂ ਕੰਸਾਇਟ ਟੱਬਰ ਕੰਜਰ ਆ
ਤੁਸੀਂ ਇਹ ਕੰਜਰ ਹੋ, ਆ ਕੰਜਰਾਂ ਦੇ ਘਰ ਫਿਰ ਕੰਜਰੀ ਆਉਂਦੀ ਸੀ। ਕੰਜਰੀ ਤੂੰ ਆ ਗਈ ਫਿਰ, ਤੂੰ ਕੰਜਰੀ ਕੰਜਰੀ ਤਾਂ ਕੰਜਰਾਂ ਦੇ ਘਰ ਨਹੀਂ ਹੋਈਆਂ, ਕੰਜਰੀ ਆਉਂਦੇ ਨੇ ਟੱਪੀ ਹੋਈਆਂ, ਤੂੰ ਤਾਂ ਬੰਦੇ ਨਹੀਂ ਆਉਂਦੇ ਫਿਰ ਕੰਜਰੀ 12 ਤਾਲੀ ਕਿ 13 ਤਾਲੀ ਹੋ ਰਹੀ ਹੈ, ਤੂੰ ਤਾਂ ਤੂੰ ਹੈ ਤੂੰ 13 14 ਤਾਲੀ ਹੈ ਸੜੇ ਹਾਣ ਕਿਸਮਤ ਫੁੱਟ ਗਈ ਸੀ ਤੂੰ ਹੁਣ ਬਿਆਲੀ ਵਗ ਜਾ ਇੱਥੋਂ, ਮੇਰੀ ਅੱਖਾਂ ਤੋਂ ਪਰਾਂ ਵਗ ਜਾ, ਵਗ ਜਾ ਦੂਰ ਮੇਰੀ ਅੱਖਾਂ ਤੋਂ, ਤੂੰ ਨਿਕਲ ਸੜੇ ਹਾਣ ਆ ਝੋਟੜ ਜੀ, ਸੜੇ ਹਾਣ ਤਾਂ ਤੂੰ ਆ ਝੁੱਟ ਗਿਆ। ਫਿਰ ਕਹਿੰਦੇ ਨੇ ਬੁੜੀਆਂ ਨੂੰ ਮਾੜਾ ਬੋਲਦੇ ਆ, ਦੱਸ ਆ ਬੁੜੀ ਤਾਂ ਆਉਂਦੀ ਸਿਰ ਦੇ ਵਾਲਾਂ ਨੂੰ, ਸਗੋਂ ਮੈਂ ਅੱਗੋਂ ਨਰਮਾਈ ਖਿੱਚਦੀ ਹਾਂ, ਮੈਂ ਅੱਗੋਂ ਬੋਲਦੀ ਨਹੀਂ। ਉਹ ਕਹਿੰਦੀ ਵੀ ਬੋਲ ਮੇਰੇ ਨਾਲ, ਮੇਰੇ ਗਲ ਪੈ ਗਲ ਪੈ, ਮੈਨੂੰ ਬਹਾਨਾ ਲੱਭੇ। ਮੈਂ ਜਾਣਦੀ ਹਾਂ ਤੈਨੂੰ, ਆ ਝਾਊ ਜਾ ਉਤਰਾ ਡਮਰੂ ਜਾ, ਆ ਘੁੰਗਰੂ ਜਾ ਕਿੱਥੇ ਮੇਰੇ ਪੱਲੇ ਪੈ ਗਿਆ। ਰੋਂਦੀ ਸੀ ਬਥੇਰਾ ਉਦੋਂ, ਨਾ ਪਾਓ 10 ਕਿੱਲਿਆਂ ਦੇ ਮਾਲ, ਮਗਰ ਆ ਮੁੰਡਾ ਵੀ ਦੇਖ ਲਓ। ਕੀ ਦੇਖੀ ਜਾਂਦੀ ਹੈ, ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ। ਆਪਣਾ ਕਰ ਹੱਥ ਜਾਪਦਾ, ਕੋਈ ਗੱਲ ਤਾਂ ਸੁਣ ਲੈ, ਨਾਲ ਨਾਲ ਚਿੰਬੜ ਕੇ ਜਾਣਾ ਬੈਠਿਆ ਕਰ। ਓਏ ਮੰਮੀ ਗਈ ਹੋਈ ਹੈ ਕਮਾਂਡੀ, ਚਲ ਮਾੜਾ ਜਿਹਾ ਪਿਆਰ ਪਿਆਰ ਜਿਹਾ ਕਰ। ਰੋਂਦਾ ਪਿਆਰ ਨਾਲ ਮੂੰਹ ਵੇਖ ਆਪਦਾ, ਪਿਆਰ ਕਰ ਲੈ ਤੇਰੇ ਨਾਲ। ਮੈਨੂੰ ਬਹੁਤ ਅਲਰਜੀ ਹੈ ਤੇਰੇ ਤੋਂ, ਪਰਾਂ ਹੋ ਜਾ। ਛੋਟੀਆਂ ਸੱਸ ਨੂੰਹਾਂ ਦੀ ਲੜਾਈ ਚ ਮੈਂ ਫਸ ਜਾਣਾ, ਮੈਂ ਤੇ ਨੀ ਤੈਨੂੰ ਮਾੜਾ ਚੰਗਾ ਬੋਲਦਾ। ਮੈਂ ਦੱਸ ਤੈਨੂੰ ਕੀ ਕਹਿਣਾ ਗਾ, ਮੇਰੀ ਸੁਣ ਲੈ ਗੱਲ, ਬਾਹਲੀ ਭਕਾਈ ਜੀ ਤਾਂ ਮਾਰਨਾ ਮੇਰੇ ਨਾਲ, ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ੍ਹ ਕੇ, ਜਾਂ ਤਾਂ ਤੈਨੂੰ ਬੁੜੀ ਚੁਣਨੀ ਪਊਗੀ ਜਾਂ ਫਿਰ ਮੈਂ। ਇਹ ਹੁਣ ਤੂੰ ਵੇਖ ਲੈ, ਤੂੰ ਹਿਸਾਬ ਲਾ ਲੈ ਕੌਣ ਚਾਹੀਦਾ ਤੈਨੂੰ, ਨਾਲ ਨਾ ਪਰਾਂ ਜਿਹਾ ਹੋ ਜਾ। ਮੈਂ ਤੈਨੂੰ ਇੱਕ ਵਾਰੀ ਕਹਿਤਾ ਨਾ, ਉਹ ਗੱਲ ਵੀ ਸੁਣ ਲੈ ਹੁਣ ਮੇਰੀ, ਤੈਂ ਕਹਿਤਾ ਦਿੱਤਾ ਜਾਂ ਬੁੜੀ ਰੱਖਣੀ ਪਊ ਜਾਂ ਮੈਂ ਰੱਖਣੀ ਪਊ, ਮੈਂ ਬੇਬੇ ਨੂੰ ਕਿੱਥੇ ਛੱਡ ਕੇ ਆਊਂਗਾ। ਐਂ ਤਾਂ ਦੱਸ ਦੇ ਬੇਬੇ ਉਰੀ ਰਹੂ, ਹੋਰ ਕਿੱਥੇ ਰਹਿਣਾ ਬੇਬੇ ਨੇ। ਜੇ ਬੇਬੇ ਰਹੂਗੀ ਨਾ ਤਾਂ ਮੈਂ ਮਰ ਜੂੰਗੀ ਫਾਹਾ ਲੈ ਕੇ, ਜਿੰਨਾ ਉਹ ਤਪਾਉਂਦੀ ਹੈ ਮੈਨੂੰ। ਕੀ ਹਾਲ ਕਰਦੀ ਕੀ ਨਹੀਂ ਉਹ ਬੋਲਦੀ, ਪੇਕਿਆਂ ਨੂੰ ਗਾਲਾਂ, ਭਰਾਵਾਂ ਨੂੰ ਗਾਲਾਂ, ਮਾਂ ਪਿਓ ਨੂੰ ਗਾਲਾਂ, ਹੈਂ ਕਿਉਂ ਦੇਣਾ ਇਹਦਾ ਮੈਂ ਕੁਛ। ਮੈਂ ਕੀ ਕਰਾਂ ਯਾਰ, ਨਿਕਲ ਗਈ ਹੋਈ ਹਾਂ ਮੈਂ, ਫਸ ਰਿਹਾ ਸੁੱਡੀ ਬਸ। ਮੈਂ ਦੱਸ ਮੈਂ ਕੀ ਹੱਲ ਕਰ ਸਕਦਾ ਯਾਰ, ਤੈਨੂੰ ਕਹਿਤਾ ਨਾ, ਤੈਂ ਦੱਸ ਹੁਣ ਬੁੜੀ ਰੱਖਣੀ ਕਿ ਮੈਂ ਰੱਖਣੀ ਹੈ। ਨਾ ਮੈਂ ਮਾਂ ਨੂੰ ਛੱਡ ਸਕਦਾ ਨਾ ਤੈਨੂੰ ਛੱਡ ਸਕਦਾ, ਕਿਉਂ ਨਹੀਂ ਛੱਡ ਸਕਦਾ, ਵਿਚਾਲੇ ਫਸ ਰਿਹਾ। ਛੱਡ ਤੂੰ ਚੰਗੀ ਤਰ੍ਹਾਂ ਖੋਲ ਕੇ ਦਿਲ ਦੱਸ, ਮੈਨੂੰ ਛੱਡਣਾ ਹੈ ਕਿ ਮਾਂ ਨੂੰ ਛੱਡਣਾ? ਫਿਰ ਤੂੰ ਦੱਸ ਦੇ ਵੀ ਮਾਂ ਦਾ ਹੱਲ ਕਰਾਂਗੇ ਕੀ। ਮਾਂ ਦਾ ਹੱਲ ਬਥੇਰੇ ਬਿਰਧ ਆਸ਼ਰਮ ਨੇ, ਬਥੇਰੀ ਦੁਨੀਆਂ ਰਹਿੰਦੀ ਹੈ, ਕੀ ਇਹ ਨਹੀਂ ਰਹਿ ਸਕੂਗੀ? ਇਹ ਕੀ ਕਹਿ ਰਹੀ ਹੈ ਯਾਰ, ਕਿਉਂ ਕੀ ਕਹਿ ਰਹੀ ਹੈ? ਉਹ ਤਾਂ ਨਾ ਆਏ ਇੱਥੇ ਭਾਂਬੜ ਮਚਾਉਂਦੀ ਹੈ, ਮੇਰੀ ਗੱਲ ਸੁਣ ਲੈ।
ਵੀ ਜਿਵੇਂ ਵੀ ਮੈਨੂੰ ਮਾਰੇ ਇਹ ਬਹਾਨੇ ਭਾਲਦੀ ਵੀ ਮੇਰੇ ਹੱਥ ਲਾਵੇ ਮੈਨੂੰ ਗਲ ਪਵੇ ਇੰਨਾ ਪੁੱਠਾ ਬੋਲਦੀ ਉਹ ਮੈਨੂੰ ਮੈਂ ਨਹੀਂ ਰਹਿ ਸਕਦੀ ਠੀਕ ਹੈ ਤੂੰ ਮਾਂ ਨੂੰ ਰੱਖ ਮੈਂ ਜਾਂਦੀ ਹਾਂ ਤਲਾਕ ਲਿਖ ਦੇ ਮੈਨੂੰ ਸੁਣ ਗਿਆ ਹੁਣ ਸੋਚ ਲਈ ਬੇਬੇ ਕਿਉਂ ਸਾਰਾ ਦਿਨ ਖੋਜੀ ਉਰੇ ਸੌ ਸਾਪੜਾ ਬੈਠਿਆ ਹੁੰਦਾ ਬੜਿਆ ਕੋਈ ਨਾ ਪਤਾ ਐਂ ਦੇਖੀ ਸਿਆਲ ਜੇ ਲੱਕਣਾ ਆਪਣੇ ਕੰਮ ਆਉਣੀ ਆ ਪੁੱਤ ਚੁੱਲ੍ਹਾ ਜਾਲਿਆ ਕਰਾਂਗੇ ਹੈ ਤੂੰ ਕਿਵੇਂ ਉਦਾਸ ਜਾ ਹੋ ਰਿਹਾ ਹੈ ਮੈਂ ਤੈਨੂੰ ਕੀ ਦੱਸਾਂ ਹਾਂ ਦੱਸ ਪੁੱਤ ਮੇਰਾ ਤਾਂ ਸੁੱਤਾ ਫਸ ਗਿਆ ਕੀ ਹੋ ਗਿਆ ਦੁੱਖ ਤਾਂ ਦੱਸ ਮੈਨੂੰ ਜੇ ਦੱਸਦਾ ਤਾਂ ਮਰ ਗਿਆ ਜੇ ਨਹੀਂ ਦੱਸਦਾ ਤਾਂ ਮਰ ਗਿਆ ਮਾਂ ਨੂੰ ਦੱਸੇਗਾ ਹੋਰ ਕਿਹਨੂੰ ਦੱਸੇਗਾ ਹੈ ਉਹ ਤੇਰੀ ਲਾੜੀ ਨੂੰ ਨੇ ਪੰਗੇ ਪਾ ਰੱਖੇ ਨੇ ਮੇਰੀ ਜਾਨ ਕੀ ਪੰਗੇ ਪਾਤੇ ਹੁਣ ਕੀ ਕਰਤਾ ਉਹਨੇ ਹਜਾ ਨੀ ਮਾਂ ਹਾਂ ਉਹ ਤਾਂ ਇਹ ਕਹਿੰਦੀ ਹੈ ਤੇਰੀ ਮਦਦ ਤਾਂ ਦੱਸੂਗੀ ਹਾਂ ਜੇ ਤੇਰੀ ਮਾਂ ਨੂੰ ਬਿੱਧਾ ਆਸ਼ਰਮ ਜੀ ਸੱਟ ਕੇ ਉਹ ਤਾਂ ਪੁੱਤ ਮੈਨੂੰ ਦੇਖਦੇ ਹੀ ਤੀ ਇੱਕ ਦਿਨ ਉਹ ਤਾਂ ਜਿਹੋ ਜਿਹਾ ਕਰਾਂਗੇ ਉਹ ਜਿਹਾ ਭਰਾਂਗੇ ਹੈਂ ਇੱਕ ਦਿਨ ਮੈਂ ਵੀ ਇਹ ਕੁਛ ਕਰਿਆ ਤੀ ਮੇਰੀ ਸੱਸ ਨਾਲ ਉਹ ਮੇਰੇ ਨਾਲ ਬਣ ਰਹੀਆਂ ਨੇ ਕੋਈ ਨਾ ਮਾਂ ਤੂੰ ਸੋਚ ਨਾ ਕਰ ਮੈਂ ਨਹੀਂ ਇਹ ਰੀਤ ਚਲਾਉਣੀ ਚਾਹੁੰਦਾ ਗੱਲ ਸੁਣ ਪੁੱਤ ਆਪਦੇ ਘਰੇ ਕਲੇਸ਼ ਨਾ ਕਰੋ ਮੈਂ ਤਾਂ ਟਾਈਮ ਕੱਢ ਲੂੰਗੀ ਉੱਥੇ ਬਥੇਰੀਆਂ ਨੇ ਮੇਰੇ ਵਰਗੀਆਂ ਹੈਂ ਤੁਸੀਂ ਖੁਸ਼ ਰਹੋ ਹੁਣ ਤੇਰੇ ਮਨ ਦੀ ਸ਼ਾਂਤੀ ਪੈ ਜੂਗੀ ਮੈਂ ਕਰ ਲਈ ਬੇਬੇ ਨਾਲ ਗੱਲ ਉਹ ਰਾਜੀ ਹੋ ਗਈ ਜਾਣ ਹੋ ਗਈ ਰਾਜੀ ਚੱਲ ਚੰਗਾ ਕੰਮ ਨਿਬੜੂ ਪਰਾ ਕੰਮ ਤਾਂ ਨਿਬੜੂ ਗੱਲ ਇੱਕ ਹੋਰ ਵੀ ਸੁਣ ਲੈ ਮੈਥੋਂ ਕੀ ਹੋ ਗਿਆ ਹੁਣ ਕੀ ਬੰਬ ਕੱਢਣਾ ਨਵਾਂ ਬੇਬੇ ਨੇ ਮੈਨੂੰ ਇੱਕ ਗੱਲ ਹੋਰ ਦੱਸੀ ਕਹਿੰਦੀ ਜਦੋਂ ਮੈਂ ਉਰੇ ਵਿਆਹੀ ਆਈ ਸੀ ਨਾ ਮੈਂ ਵੀ ਆਪਦੀ ਸੱਸ ਨਾਲ ਇਹੀ ਸਾਰਾ ਕੁਝ ਕੀਤਾ ਸੀ ਤੇ ਫਿਰ ਜਿਹੜਾ ਕੋਈ ਪਾਪੀ ਹੋਊਗਾ ਜਿਹੜਾ ਮਾੜੇ ਕੰਮ ਕਰੂਗਾ ਮਾੜਾ ਬੋਲੂਗਾ ਫਿਰ ਉਹਦੇ ਨਾਲ ਤਾਂ ਇਹੀ ਹੁੰਦਾ ਹੁੰਦਾ ਬਾਬਾ ਵੀ ਆਪਾਂ ਕਿਹੜਾ ਬੇਬੇ ਨਾਲ ਸਹੀ ਕਰ ਰਹੇ ਹਾਂ ਟਾਈਮ ਤਾਂ ਆਪਣੇ 'ਤੇ ਵੀ ਆਊਗਾ ਅਤੇ ਆਪਣੇ ਬੱਚੀ ਵੀ ਆਪਾਂ ਨੇ ਉਹਨੂੰ ਧੱਕੇ ਮਾਰ ਕੇ ਕੱਢਣੇ ਕੀ ਬੋਲੀ ਜਾਂਦਾ ਤੂੰ ਮੈਂ ਤਾਂ ਕੀ ਬੋਲਣਾ ਸਮਝਣਾ ਸਮਝੀ ਨਹੀਂ ਹੋਊਗੀ ਤੂੰ ਸਮਝੀ ਹੋਊਗੀ ਪਤਾ ਨਹੀਂ ਗੱਲ ਤਾਂ ਤੇਰੀ ਸਹੀ ਹੈ ਕੀ ਗੱਲ ਹੋ ਗਈ ਪੁੱਤ ਬਹਿ ਜਾ ਮਾਂ ਕੀ ਗੱਲ ਹੋ ਗਈ ਮੈਂ ਨਾ ਬਹੁਤ ਵੱਡੀ ਗਲਤੀ ਕਰ ਰਹੀ ਸੀ ਕੀ ਹੋ ਗਿਆ ਮੈਨੂੰ ਮਾਫ ਕਰ ਦੀ ਕਾਹਦੀ ਮਾਫੀ ਮੰਗਦੀ ਹੈ ਤੂੰ ਮਾਫੀ ਤਾਂ ਮੈਂ ਤੇਥੋਂ ਮੰਗਣੀ ਹੈ ਨਹੀਂ ਮਾਂ ਤੂੰ ਕਿਤੇ ਨਹੀਂ ਜਾਣਾ ਇੱਥੇ ਰਹੇਗੀ ਕੋਈ ਨਾ ਧੀਏ ਦੇਖ ਤੁਸੀਂ ਰਾਜੀ ਖੁਸ਼ੀ ਰਹੋ ਆਪਣੇ ਘਰੇ ਹੈਂ ਮੇਰੇ ਕਰਕੇ ਕਲੇਸ ਹੁੰਦਾ ਮੈਂ ਤਾਂ ਉੱਥੇ ਵੀ ਟਾਈਮ ਕੱਢ ਲੂੰਗੀ ਅੱਜ ਤੋਂ ਬਾਅਦ ਨਾ ਆਪਾਂ ਲੜਨਾ ਨਾ ਆਪਾਂ ਕੁਛ ਵੱਧ ਘੱਟ ਬੋਲਣਾ ਦੋਵੇਂ ਇਕੱਠੀਆਂ ਰਵਾਂਗੀਆਂ ਚੱਲ ਕੋਈ ਨਾ ਧੀਏ ਜਿਉਂਦੀ ਮਸਤੀ ਰਹਿ ਮੈਂ ਵੀ ਐਂ ਕਹਿਣਾ ਕੀ ਆਪਾਂ ਤਿੰਨ ਜਣੇ ਆਗੇ ਹੱਸ ਖੇਡ ਕੇ ਕੱਟ ਲਓ ਜ਼ਿੰਦਗੀ ਇਹ ਲਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਇਹ ਗਲਤੀ ਜਿਹੜੀ ਅਸੀਂ ਕਰਨ ਲੱਗੇ ਸੀ ਨਾ ਕੋਈ ਨਾ ਕਰਿਓ ਅਤੇ ਇਹ ਥੋੜ੍ਹਾ ਜਿਹਾ ਸੰਦੇਸ਼ ਹੈ ਸਾਡਾ ਤੁਸੀਂ ਵੇਖ ਕੇ ਨਾ ਵਧੀਆ ਵਧੀਆ ਕਮੈਂਟ ਕਰਨਾ ਆਪਣੀ ਰਾਏ ਦੇਣੀ ਠੀਕ ਹੈ ਫਿਰ ਮੈਨੂੰ ਮਾਫ਼ ਕਰਿਓ ਬੇਬੇ ਤੂੰ ਵੀ ਬਰਾਬਰ ਲੜਦੀ ਸੀ ਚੰਗੀ ਸੱਸ ਬਣ ਕੇ ਦਿਖਾਇਓ ਤੁਸੀਂ ਭੈਣਾ ਭਗਤ
ਵਧੀਆ ਵਧੀਆ ਕਮੈਂਟ ਕਰਿਓ, ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਸਾਨੂੰ ਐਂ ਦੱਸਿਓ ਸਾਡੀ ਵੀਡੀਓ ਕਿਵੇਂ ਦੀ ਲੱਗੀ, ਠੀਕ ਹੈ? ਸਾਨੂੰ ਸਪੋਰਟ ਕਰਿਆ ਕਰੋ, ਥੈਂਕ ਯੂ, ਬਣਾ ਕੇ ਰੱਖਿਓ, ਸਤਿ ਸ਼੍ਰੀ ਅਕਾਲ ਜੀ।